ਸਤਿੰਦਰ ਸਿੰਘ ਦੇ ਸਾਡੇ ਜਿਹੜੇ ਕਲੱਬ ਤੋਂ ਵਾਰਡ ਸਪਲਾਈ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਆ, ਉਹਨਾਂ ਦੇ ਆਦੇਸ਼ਾਂ ਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਮੰਗਾਂ ਸਾਡੀਆਂ ਮੰਨੀਆਂ ਗਈਆਂ ਨੇ ਉਹਨਾਂ ਨੂੰ ਲਾਗੂ ਨਹੀਂ ਕੀਤਾ। ਪੇ ਕਮਿਸ਼ਨ ਦੀ ਰਿਪੋਰਟ, ਡੀਏ ਦੇ ਕਿਸ਼ਤਾਂ, ਡੀਏ ਕਿਸ਼ਤਾਂ ਦਾ ਬਕਾਇਆ ਅਜੇ ਤੱਕ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ। ਸਰਕਾਰ ਤੋਂ ਸਾਡੀ ਪੂਰੀ ਉਹਰੇ ਰੈਲੀ ਤੋਂ ਮੰਗ ਹੈ ਵੀ ਜਿਹੜੀਆਂ ਸਾਡੀਆਂ ਮੰਗਾਂ ਪਿਛਲੇ ਸਮੇਂ ਤੋਂ ਲੈ ਕੇ ਪੈਂਡਿੰਗ ਪਈਆਂ ਉਹਨਾਂ ਨੂੰ ਜਲਦੀ ਜਲਦੀ ਰਿਲੀਜ਼ ਕੀਤਾ ਜਾਵੇ। ਸੁਵਿਧਾ ਸੈਂਟਰ ਦੇ ਜਿਹੜੇ ਕਰਮਚਾਰੀ ਆ, ਜਦੋਂ ਪੰਜਾਬ ਸਰਕਾਰ ਇਲੈਕਸ਼ਨ ਦੇ ਦਰਮਿਆਨ ਇਹ ਗੱਲ ਮੰਨੀ ਸੀ ਵੀ ਸੁਵਿਧਾ ਸੈਂਟਰ ਦੇ ਕਰਮਚਾਰੀ ਜਿਹੜੇ ਜਿੰਨੇ ਵੀ ਆ, ਜਦੋਂ ਅਕਾਲੀਆਂ ਦੀ ਸਰਕਾਰ ਸੀ ਉਦੋਂ ਕਰਮਚਾਰੀ ਕੁਛ ਕੱਢ ਦਿੱਤੇ ਗਏ ਸੀ, ਉਹਨਾਂ ਕਰਮਚਾਰੀਆਂ ਨੂੰ ਦੁਬਾਰਾ ਨੌਕਰੀ 'ਤੇ ਰੱਖਣਾ ਔਰ ਸੁਵਿਧਾ ਸੈਂਟਰ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਕੇ ਪੰਜਾਬ ਸਰਕਾਰ ਦੇ ਜਿਹੜੇ ਕਰਮਚਾਰੀ ਉਹ ਰੈਗੂਲਰ ਖਾਤੇ ਪਾਏ ਜਾਣ। ਇਹ ਮੰਗਾਂ ਜਿਹੜੀਆਂ ਸਾਡੀਆਂ ਪਿਛਲੇ ਅਕਾਲੀ ਸਰਕਾਰ ਦੇ ਵੇਲੇ ਦੀਆਂ ਚੱਲਦੀਆਂ ਆ ਰਹੀਆਂ ਨੇ। ਪੇ ਕਮਿਸ਼ਨ ਦੀ ਰਿਪੋਰਟ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਸਰਕਾਰ ਨੇ, ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਜਦੋਂ ਸਰਕਾਰ ਹੋਣ ਚਾਹੇਗੀ 2-3 ਮਹੀਨਿਆਂ ਦੇ ਅੰਦਰ ਅੰਦਰ ਡੀਏ ਦੀ ਕਿਸ਼ਤ ਔਰ ਜੋ ਪਿਛਲੇ ਬਕਾਏ ਸੀ ਉਹ ਦਿੱਤੇ ਜਾਣਗੇ। ਮਗਰ ਬੜੇ ਅਫਸੋਸ ਨਾਲ ਸਾਨੂੰ ਇਹ ਗੱਲ ਕਹਿਣੀ ਪੈਂਦੀ ਹੈ ਵੀ ਸਮਾਂ 1 ਸਾਲ ਦਾ ਬੀਤ ਚੱਲਿਆ ਸਰਕਾਰ ਦਾ, ਅਜੇ ਤੱਕ ਜਿਹੜੀਆਂ ਮੰਗਾਂ ਨੇ ਉਹ ਸਾਡੀਆਂ ਜਿਹੜੀਆਂ ਕਰਮਚਾਰੀਆਂ ਦੀਆਂ ਨਹੀਂ ਮੰਨੀਆਂ ਗਈਆਂ। ਕਿਉਂ ਲੰਬੇ ਸਮੇਂ ਤੋਂ ਡੀਏ ਦੀ ਕਿਸ਼ਤਾਂ ਔਰ ਜਿਹੜੇ ਬਕਾਏ ਸਾਡੇ ਪਿਛਲੇ ਸਮੇਂ ਤੋਂ ਲਟਕੇ ਆ ਰਹੇ ਆ, ਅਨੋਮਲੀ ਕਮੇਟੀ ਦੀ ਰਿਪੋਰਟ ਦੇ ਅੰਦਰ ਜੋ ਮੰਨਿਆ ਸੀ ਇਹਨਾਂ ਨੇ ਉਹ ਵੀ ਇੰਪਲੀਮੈਂਟ ਨਹੀਂ ਕੀਤਾ। ਹੁਣ ਜਿਹੜੀ ਸਰਕਾਰ ਆ, ਦੁਬਾਰਾ ਕਮੇਟੀ ਕਾਰਪੋਰੇਸ਼ਨ ਇਲੈਕਸ਼ਨ ਜਿਹੜੇ ਹੋਣ ਲੱਗੇ ਆ, ਸਾਡੀ ਇਹ ਅਪੀਲ ਆ ਵੀ ਮਤਲਬ ਕਿ ਜੇ ਤੁਸੀਂ ਸਾਡੇ ਕਰਮਚਾਰੀਆਂ ਦੇ ਹੱਕ ਦੇ ਜਿਹੜੇ ਪਿਛਲੇ ਸਮੇਂ ਤੋਂ ਲੈ ਕੇ ਮੰਗਾਂ ਸਾਡੀਆਂ ਨੇ ਉਹਨਾਂ ਨੂੰ ਮੰਨ ਲਓਗੇ ਅਤੇ ਜਿਹੜੇ ਤੁਹਾਡੇ ਇਲੈਕਸ਼ਨ ਜਿਹੜੇ ਜਿੱਤੇ ਜਾਣਗੇ, ਨਹੀਂ ਤਾਂ ਫਿਰ ਇਲੈਕਸ਼ਨ 'ਚ ਵੀ ਤੁਹਾਡੀ ਹਾਰ ਹੋਵੇਗੀ। ਜਿਵੇਂ ਕਿ ਇਲੈਕਸ਼ਨ ਹੋਏ ਆ ਹੁਣ ਵੀ ਉਹਦੇ 'ਚ ਐਗਜੈਕਟ ਪੋਲ ਆਏ ਆ ਜਿਹਦੇ 'ਚ ਕਾਂਗਰਸ ਬੜੀ ਵੱਡੀ ਹਾਰ ਹੋਣ ਲੱਗੀ ਆ। ਜੇ ਪੰਜਾਬ ਦੇ ਅੰਦਰ ਇਸੇ ਤਰ੍ਹਾਂ ਦਾ ਰਵੱਈਆ ਰਿਹਾ ਤਾਂ ਉਹਨਾਂ ਦੇ ਸਮੇਂ ਜਿਹੜੀ ਸਰਕਾਰ ਇਹ ਵੀ ਹੋਣ 'ਚ ਨਹੀਂ ਅਗਲੀ ਨੂੰ ਆਊਗੀ। ਇਸ ਲਈ ਸਾਡੀ ਜਿਹੜੀ ਆ ਪੁਰਜ਼ੋਰ ਅਪੀਲ ਆ ਵੀ ਜਿਹੜੀਆਂ ਪਿਛਲੇ ਸਮੇਂ ਤੋਂ ਲੈ ਕੇ ਮੰਗਾਂ ਸਾਡੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਨੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ, ਉਹਨੂੰ ਜਲਦੀ ਜਲਦੀ ਲਾਗੂ ਕੀਤਾ ਜਾਵੇ।